ਜੀ ਸਾਰਿਆਂ ਨੂੰ। ਅੱਜ ਅਸੀਂ ਸਿੱਖ ਹਿਸਟਰੀ ਦੇ ਕੁਝ ਫੈਕਟਸ ਜਿਹੜੇ ਹੈ ਬਲੈਕ ਹੋਲ ਪੁਆਇੰਟ ਦੇ ਰਾਹੀਂ ਪੜ੍ਹਾਂਗੇ। ਸੋ ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ, ਇਹ ਤਸਵੀਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ। ਸੋ ਇਹਨਾਂ ਬਾਰੇ ਕੁਝ ਸਟੱਡੀ ਕਰਦੇ ਹਾਂ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਮਾਤਾ ਦਮੋਦਰੀ ਜੀ ਦੇ ਨਾਲ ਹੋਇਆ, ਜੋ ਕਿ ਸੁਲਤਾਨਪੁਰ ਨੇੜੇ ਡੱਲਾ ਸਿੰਘ ਨਾਲ ਸੰਬੰਧ ਰੱਖਦੇ ਸਨ। ਦੋਸਤੋ, ਇਹ ਉਹਨਾਂ ਦੇ ਵਿਆਹ ਬਾਰੇ, ਜਾਣੀ ਕਿ ਉਹਨਾਂ ਦੀ ਮੈਰਿਜ ਬਾਰੇ ਦੱਸਿਆ ਗਿਆ ਕਿ ਉਹਨਾਂ ਦਾ ਮੈਰਿਜ ਜਿਹੜੀ ਹੈ ਉਹ ਕਿਹਨਾਂ ਦੇ ਨਾਲ ਹੋਈ ਸੀ। ਸੋ ਉਹ ਗੁਰੂ ਹਰਗੋਬਿੰਦ ਸਿੰਘ ਜੀ ਦੀ ਜਿਹੜੀ ਮੈਰਿਜ ਸੀ ਉਹ ਮਾਤਾ ਦਮੋਦਰੀ ਜੀ ਨਾਲ ਹੋਈ ਸੀ। ਠੀਕ ਹੈ ਜੀ, ਧੰਨਵਾਦ।